ਆਜ ਗਾੜ ਕਰੂਗਾ ਜੀ ਤੁਹਾਡੇ ਘਰ ਦੀਆਂ ਕੰਦਾਂ ਬਿਲਕੁਲ ਠੰਡੀ ਲਾਓ ਜੀ ਆਪਾਂ ਬਿਲਕੁਲ ਘੱਟ ਖਰਚੇ ਦੇ ਜੀ ਕੰਦ ਦੇ ਵਿੱਚ ਜਗਾੜ ਲਾਵਾਂਗੇ ਘਰ ਨੂੰ ਠੰਡਾ ਕਰਨ ਵਾਲਾ ਕਮਰੇ ਨੂੰ ਠੰਡਾ ਕਰਨ ਵਾਲਾ ਜਿਹੜਾ ਜੀ ਬਹੁਤ ਘੱਟ ਜਗਾਂ ਦੇ ਵਿੱਚ ਲੱਗੂਗਾ ਬਸ ਤੁਹਾਡੀ ਕੰਦ ਦੀ ਫਿੱਟ ਹੋ ਜੂਗਾ ਤੇ ਹਵਾ ਦੇਊਗਾ ਬਾ ਕਮਾਲ ਠੰਡੀ ਨਜ਼ਾਰੇ ਲਓਗੇ ਤੁਸੀਂ ਗਰਮੀ ਦੇ ਵਿੱਚ ਬਿਲਕੁਲ ਘੱਟ ਬਜਟ ਦੇ ਬਿਲਕੁਲ ਘੱਟ ਬਜਟ ਦੇ ਯਾਰ ਇਹ ਵੀਡੀਓ ਹਰੇਕ ਉਹ ਬੰਦੇ ਲਈ ਹੈ ਜਿਹੜੇ ਘੱਟ ਪੈਸੇ ਲਾ ਸਕਦੇ ਨੇ ਆਪਣੇ ਕੋਲੇ 쿨ਰ ਵਾਲੀ ਮੋਟਰ ਪਈ ਸੀ ਜੀ ਫਾਲਤੂ ਠੀਕ ਹੈ ਇਸ ਨੂੰ ਆਪਾਂ ਇਹਦੀਆਂ ਪੱਤੀਆਂ ਨੂੰ ਸਿੱਧੀਆਂ ਕਰ ਲੈਨੇ ਆ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਕੁੱਟ-ਕੁੱਟ ਕੇ ਆਪਾਂ ਬਿਲਕੁਲ ਸਿੱਧੀਆਂ ਕਰ ਲਾਂਗੇ 쿨ਰ ਦੇ ਵਿੱਚ ਉਹ ਹੀ ਕੱਢ ਲੀਆਂ ਸੀ ਆਪਾਂ ਨੇ ਆਹ ਦੇਖੋ ਜੀ ਇਹਦਾ ਸੈਂਚਾ ਆਪਾਂ ਬਿਲਕੁਲ ਤਿਆਰ ਕਰਕੇ ਇਹਦੇ ਵਿੱਚ ਦੁਆਰੇ ਆਪਾਂ ਫਿੱਟ ਕਰ ਚਾਨੀਆਂ ਲਾ ਕੇ ਸਰਾਖ ਕੱਢ ਲੈਣੇ ਆ ਜਿਹੜੀ ਕੰਦ ਦੇ ਵਿੱਚ ਵੀ ਤੁਸੀਂ ਘਰੇ ਲਾਉਣਾ ਉਸ ਦੇ ਵਿੱਚ ਹੀ ਇਹਨੂੰ ਜਿਗਾਰਡ ਨੂੰ ਲਾ ਸਕਦੇ ਹੋ ਘਰ ਚ ਦੁਕਾਨ ਚ ਕਿਤੇ ਵੀ ਲਾ ਸਕਦੇ ਹੋ ਆ ਗਿੱਟੀਆਂ ਪਾ ਲੀਆਂ ਇਸ ਤੋਂ ਬਾਅਦ ਆ ਮੋਟਰ ਨੂੰ ਇੱਥੇ ਫਿੱਟ ਕਰ ਦਾਂਗੇ ਨਾ ਤੁਹਾਨੂੰ ਬਾਲੇ ਪੈਸੇ 10-1000 ਕੂਲਰ ਤੇ ਲਾਉਣ ਦੀ ਲੋੜ ਨਾ 50000 ਏਸੀ ਤੇ ਲਾਉਣ ਦੀ ਲੋੜ ਸਿਰਫ ਆ ਮੋਟਰ ਆਉਂਦੀ ਐ ਇੱਕ ਕੂਲਰ ਵਾਲੀ 7-800 ਦੀ ਕਵਾੜ ਚੋਂ ਹੀ ਚੱਕ ਲਿਓ ਪੁਰਾਣੀ ਉਸ ਤੋਂ ਬਾਅਦ ਇਹਦਾ ਸਾਈਜ਼ ਮਿਲ ਲੈਣੇ ਆ ਜੀ ਆਪਾਂ ਇਹਦੇ ਬੈਕ ਸਾਈਡ ਤੇ ਠੰਡੀ ਹਵਾ ਮਾਰਨ ਵਾਲਾ ਜਿਹੜਾ ਜਿਗਾਰਡ ਲਾਉਣਾ ਇਹਦੇ ਵਾਸਤੇ ਆਪਾਂ ਚਾਰ ਪਾਈਪਾਂ ਕੱ ਜੋ ਜਿਹੜੀਆਂ ਆਪਣੀਆਂ ਲਾਈਟ ਫੀਟਿੰਗ ਵਾਲੀਆਂ ਹੁੰਦੀਆਂ ਨੇ ਜੀ ਇਸ ਤੋਂ ਬਾਅਦ ਇਹਨੂੰ ਫਿੱਟ ਕਰ ਲਿਆ ਆਪਾਂ ਨੇ ਐਲਬੋਇਆਂ ਨਾਲ ਇਸ ਤੋਂ ਬਾਅਦ ਇਹਦੇ ਤੇ ਲਾ ਦਾਂਗੇ ਜੀ ਆਪਾਂ ਜਿਹੜਾ ਆਪਣੇ ਕੂਲਰਾਂ ਦੇ ਪਿੱਛੇ ਲੱਗੀ ਹੁੰਦੀ ਹੈ ਪਾਣੀ ਠੰਡਾ ਕਰਨ ਵਾਲਾ ਉਹ ਜਗਾਰਡ ਜਿਹਾ ਲੱਗਿਆ ਹੁੰਦਾ ਗੁੱਦ ਫੂਸ ਜਿਹਾ ਉਹ ਆਪਾਂ ਲਾ ਦਾਂਗੇ ਚੰਗੀ ਤਰ੍ਹਾਂ ਇਹਦੇ ਤੇ ਫੂਸ ਆਪਾਂ ਬੰਨ ਤਾਂ ਲੋ ਜੀ ਫਿਕਸ ਪੈਕ ਜਮਾ ਓਕੇ ਦੀ ਰਿਪੋਰਟ ਹੋ ਗਈ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਢਾਂਗੇ ਹੁਣ ਜੀ ਸਰਾਖ ਠੀਕ ਹੈ ਉੱਪਰਲੇ ਪਾਸੇ ਆਪਾਂ ਇਹਦੇ ਸਰਾਖ ਕੱਢ ਲਾਂਗੇ ਤਾਂ ਕਿ ਪਾਣੀ ਹੈ ਜਿਹੜਾ ਉਹੇ ਥਾਣੂ ਆਈ ਜਾਵੇ ਸਾਰਾ ਠੀਕ ਹੈ ਜੇ ਤੁਸੀਂ ਲੈ ਕੇ ਵੀ ਆਉਂਗੇ ਵੱਧ ਤੋਂ ਵੱਧ ਇਹ ਸਾਰਾ 1000 ਰੁਪਏ ਦਾ ਸਮਾਨ ਹੈ ਜੀ 1000 ਦੇ ਵਿੱਚ ਤੁਸੀਂ ਜਿੱਡਾ ਮਰਜ਼ੀ ਕਮਰਾ ਠੰਡਾ ਕਰ ਲਓ ਇਸ ਤੋਂ ਬਾਅਦ ਇਹਨੂੰ ਆਪਾਂ ਇਸ ਤਰੀਕੇ ਨਾਲ ਕੱਟ ਮਾਰ ਕੇ ਦੋ ਜੀ ਇਹਨੂੰ ਆਪਾਂ ਲਾ ਦੰਨੇ ਆ ਜਿੱਥੇ ਆਪਾਂ ਸਰਾਖ ਕੱਢਿਆ ਸੀ ਆਪਦੀ ਕੰਧ ਦੇ ਵਿੱਚ ਜਿਹੜੀ ਵੀ ਕੰਧ ਦੇ ਵਿੱਚ ਤੁਸੀਂ ਲਾਉਣਾ ਉਸ ਤਰੀਕੇ ਨਾਲ ਮਿੰਤੀ ਕਰਕੇ ਆ ਫੂਨ ਸੌਡਾ ਲਾ ਲਿਓ ਤੇ ਆ ਪਾਈਪਾਂ ਉਹੀ ਜੀ ਹਿਸਾਬ ਨਾਲ ਲੱਗਣਗੀਆਂ ਆ ਪਾਈਪ ਆਪਾਂ ਇਹ ਠਾਲੇ ਪਾਸੇ ਫਿੱਟ ਕਰਨੀਆਂ ਦੋ ਸਰਾਖ ਆਪਾਂ ਮਾਰ ਲੇ ਦੋ ਸਰਾਖ ਆਪਾਂ ਇਹਦੇ ਵਿੱਚ ਕਰ ਲੈਨੇ ਆ ਬਰੀਕ ਬਰੀਕ ਇਹਦੇ ਵਿੱਚ ਆਪਾਂ ਨਾਟਕ ਅਸ ਲਾਂਗੇ ਜੀ ਆ ਲਓ ਜੀ ਫ ਤਾਂ ਕਿ ਪੇਜ ਕਸ ਲੰਗ ਦੇ ਵਿੱਚ ਦੀ ਆ ਲੋ ਜੀ ਇਧਰ ਦਾ ਆਪਣਾ ਫਿੱਟ ਹੋ ਗਿਆ ਦੂਸਰੇ ਨੂੰ ਆਪਾਂ ਬਾਹਰੋਂ ਫਿੱਟ ਕਰ ਦਾਂਗੇ ਆ ਚੱਕੋ ਜੀ ਹੋ ਗਿਆ ਆਪਣਾ ਇਧਰਲਾ ਵੀ ਆਪਣਾ ਫਿੱਟ ਹੋ ਗਿਆ ਚੱਕੋ ਜੀ ਆ ਪੈਪ ਹੈ ਜਿਹੜਾ ਓਕੇ ਦੀ ਰਿਪੋਰਟ ਇਹ ਦਊਗਾ ਜੀ ਅਸਲ ਠੰਡੀ ਹਵਾ ਲੋ ਜੀ ਪਾਣੀ ਦੀ ਬਾਲਟੀ ਭਰ ਕੇ ਤਾਂ ਰੀਕ ਕੁਲਰ ਵਾਲੀ ਮੋਟਰ ਚਾਹੀਦੀ ਆਪਾਂ ਨੂੰ ਇਸ ਤੋਂ ਬਾਅਦ ਇਹਦੀ ਫੀਟਿੰਗ ਆਪਾਂ ਉੱਪਰਲੇ ਪਾਸੇ ਉਸ ਪੈਪ ਦੇ ਵਿੱਚ ਕਰ ਲਾਂਗੇ ਜੀ ਜਿਹੜੀ ਪੈਪ ਉੱਪਰੋਂ ਪਾਣੀ ਲੈ ਕੇ ਆਉਗੇ ਇਹਦੇ ਵਿੱਚ ਆਪਾਂ ਫਰਕਾਸਟੇ ਕੁਲਰ ਵਾਲੇ ਹੁਣ ਤੁਸੀਂ ਵੱਡੇ ਕਮਰੇ ਚ ਲਾਓ ਛੋਟੇ ਚ ਲਾਓ ਦੁਕਾਨ ਚ ਲਾਓ ਕਿਤੇ ਮਰਜੀ ਲਾਓ ਜ ਹੋ ਜੂਗਾ ਪਾਣੀ ਵੀ ਬਹੁਤ ਘੱਟ ਵਰਤਿਆ ਜਾਊਗਾ ਜੀ ਇਹਦੇ ਵਿੱਚ ਲਓ ਜੀ ਇਹ ਚੱਲ ਪਿਆ ਤੁਸੀਂ ਇਹਨੂੰ ਜਿੱਥੇ ਮਰਜ਼ੀ ਲਾ ਲਓ ਜੀ ਇਸ ਤੋਂ ਬਾਅਦ ਆ ਇਧਰੋਂ ਲੱਗ ਗਿਆ ਜੀ ਪਾਣੀ ਡਿਗਣ ਠੰਡੀ ਠੰਡੀ ਹਵਾ ਦਊਗਾ ਜੀ ਐਨੇ ਕ ਪਾਣੀ ਨਾਲੀ ਤੁਹਾਡਾ ਕੰਮ ਸਰ ਜੂਗਾ ਐਨੇ ਕ ਪਾਣੀ 'ਚ ਚਾਹੀ ਤੁਸੀਂ ਬਰਫ਼ ਵੀ ਪਾ ਕੇ ਰੱਖ ਦੋ ਠੰਡਾ ਠੰਡਾ ਪਾਣੀ ਆਊਗਾ ਜਿਗਾਰਡ ਜੇ ਵਧੀਆ ਲੱਗਿਆ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਲੋੜਵੰਦ ਨੇ ਜਿਨ੍ਹਾਂ ਕੋਲੇ ਘੱਟ ਪੈਸੇ ਨੇ ਉਹ ਇਹਨੂੰ ਵਰਤ ਲੈਣ ਆ ਦੇਖੋ ਜੀ ਪਾਣੀ ਦੇਖੋ ਤੁਸੀਂ ਕਿਵੇਂ ਆਈ ਜਾਂਦਾ ਬਿਲਕੁਲ ਠੰਡੀ ਠਾਰ ਹਵਾ ਦਿੰਦਾ ਮੈਂ ਕਹਿੰਦਾ ਤੁਸੀਂ ਨਜ਼ਾਰੇ ਲਓਗੇ ਆ ਜਿਗ